ਮੇਰੀ ਗੱਲ ਸੁਣ ਲਾ, ਅੰਦਰੋਂ ਅੰਦਰੀ ਤਾਂ ਮੈਂ ਵੀ ਇਹੀ ਚਾਹੁੰਦੀ ਹਾਂ ਵੀ ਜਸ਼ਨ ਆਪਦੇ ਨਾਂ ਦੀ ਜ਼ਮੀਨ ਤਾਰੀ ਦੇ ਨਾਂ ਕਰਾ ਦੇ। ਕੋਈ ਨਾ ਵੀਰੇ, ਜੇ ਤੁਸੀਂ ਕਹਿੰਦੇ ਹੋ ਤਾਂ ਆ ਵੀ ਕਰਕੇ ਦੇਖ ਲੈਂਦੇ, ਪਰ ਹੁਣ ਟਾਈਮ ਆ ਗਿਆ ਇਹਨਾਂ ਦੇ ਚਿਹਰਿਆਂ ਤੋਂ ਝੂਠ ਦੇ ਪਰਦੇ ਚੱਕਣ ਦਾ। ਨਹੀਂ ਤਾਂ ਨਾ ਜਸ਼ਨ ਅੱਗੇ ਤੁਹਾਡੀਆਂ ਮਾਂ ਪੁੱਤਾਂ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਖੋਲ੍ਹ ਕੇ ਰੱਖ ਦਿਓ। ਦੇਖ ਸ਼ਿੰਦਰੇ, ਕਿਤੇ ਉਹ ਗੱਲ ਨਾ ਕਰ ਦੇ ਕਿ ਨਾਲੇ ਤਾਂ ਆਪਦਾ ਪੁੱਤ ਘਰੇ ਵੜ ਲੇ ਅਤੇ ਨਾਲੇ ਨਾ ਇੱਥੇ ਰੋਣ ਨੂੰ ਮੈਨੂੰ ਇਕੱਲੀ ਨੂੰ ਛੱਡ ਜਾ। ਹਰ ਟਾਈਮ ਇਹਦੇ ਨਾਲ ਲੜਨ ਨੂੰ ਹਟਦੀ ਨਹੀਂ, ਆਹ ਕਰੀ ਜਾਂਦੀ ਹੈ ਕੰਮ ਹੁਣ ਇੱਥੇ। ਹਾਂ, ਤੁਸੀਂ ਦੀ ਗੱਲ ਸੁਣੇ ਨਾ, ਮੇਰੇ ਰੋਟੀ ਬੋਲੂਗੀ ਹਰ ਟਾਈਮ। ਤਾਂ ਮੈਂ ਕਰਦੀ ਹਾਂ ਗੱਲ, ਦੇਖ ਕੇ ਮੈਂ ਪੁੜ ਪੁੜ ਕਰਦਾ ਹੈਗਾ ਨਾ। ਮੈਨੂੰ ਐਂ ਦੱਸ ਵੀ ਤੂੰ ਮਨਪ੍ਰੀਤ ਦੇ ਸਾਹਮਣੇ ਮੈਨੂੰ ਐਂ ਕਾਹਤੋਂ ਬੋਲਦਾ ਹੁੰਦਾ ਨਾ? ਹੋਰ ਮੈਂ ਤੇਰੀ ਆਰਤੀ ਤਾਰਾ ਥਾਲੀ ਲੈ ਕੇ, ਔਰ ਨਾਲੇ ਨਾ ਜੇ ਬੇਬੇ ਬਾਪੂ ਹੁੰਦੇ ਨਾ ਫਿਰ ਮੈਂ ਤੈਨੂੰ ਪੁੱਛਦਾ ਜਿਹੜਾ ਤੂੰ ਐਡਾ ਵੱਡਾ ਧੋਖਾ ਮੇਰੇ ਨਾਲ ਕੀਤਾ। ਬੇ ਕਾਮੜਿਆ, ਬੇ ਮੈਂ ਤੇਰਾ ਕੋਈ ਧੋਖਾ ਨਹੀਂ ਕੀਤਾ ਤੇਰੇ ਨਾਲ। ਆ ਤਾਰੀ ਵਾਲੀ ਗੱਲ ਦਾ ਜਿਹੜਾ ਮੈਂ ਝੂਠ ਬੋਲਿਆ ਨਾ, ਤੂੰ ਸੁਣ ਫਿਰ ਮੇਰੀ ਗੱਲ ਸੁਣ ਲੈ। ਇੱਕ ਤੂੰ ਜਿੱਡੀ ਮਰਜ਼ੀ ਸੱਚੀ ਬਣੀ ਜਾ, ਮੈਨੂੰ ਯਕੀਨ ਨਹੀਂ ਆਉਂਦਾ। ਜੇ ਤੂੰ ਸੱਚੀ ਹੁੰਦੀ ਨਾ ਆ ਗਹਿਣੇ ਵਾਲੀ ਗੱਲ ਉਹਨਾਂ ਦੇ ਸਾਹਮਣੇ ਨਹੀਂ ਕਰਦੀ ਸੀ। ਬੇ ਤੈਨੂੰ ਤਾਂ ਮੇਰੀਆਂ ਖੇਡਾਂ ਦਾ ਹੀ ਨਹੀਂ ਪਤਾ, ਹਜੇ ਗਹਿਣੇ ਵਾਲੀ ਗੱਲ 'ਚ ਉਹਨਾਂ ਦੇ ਮੂਹਰੇ ਮੈਂ ਸੱਚੀ ਨਾ ਬਣਦੀ ਨਾ ਤਾਂ ਫਿਰ ਮੇਰਾ ਸੱਚ ਕਿਹਨੇ ਮੰਨਣਾ ਸੀ? ਨਾ ਤੇਰਾ ਕੀ ਮਤਲਬ, ਤੂੰ ਖੇਡਾਂ ਕਿਹਦੇ ਨਾਲ ਖੇਡਦੀ ਆ? ਬੇ ਮੈਂ ਖੇਡਾਂ ਕਿਹਦੇ ਨਾਲ ਖੇਡਣੀਆਂ ਨੇ? ਜੋ ਤੇਰੇ ਸ਼ਰੀਕ ਲੱਗਦੇ ਤਾਂ ਮੇਰੇ ਵੀ ਸ਼ਰੀਕ ਹੀ ਲੱਗਦੇ ਆ। ਨਾਲੇ ਤੂੰ ਸੁਣਿਆ ਕਦੇ ਵੀ ਸ਼ਰੀਕ ਕਿਸੇ ਦਾ ਬਣਿਆ ਹੋਵੇ? ਮੈਨੂੰ ਐਂ ਦੱਸ, ਮੈਂ ਤੇਰੇ 'ਤੇ ਕਿਵੇਂ ਯਕੀਨ ਕਰਨਾ? ਤੂੰ ਚਾਹੇ ਲੱਖ ਸੱਚੀ ਬਣੀ ਚੱਲ, ਪਰ ਮੈਨੂੰ ਤੇਰੀਆਂ ਗੱਲਾਂ 'ਤੇ ਯਕੀਨ ਨਹੀਂ ਆਉਂਦਾ। ਆਂਢ ਗੁਆਂਢ 'ਤੇ ਯਕੀਨ ਆ ਜਾਊ, ਤੇਰੇ 'ਤੇ ਨਹੀਂ ਆਉਂਦਾ ਮੈਨੂੰ। ਬੇ ਤੂੰ ਨਾ ਕਰ ਮੇਰੇ 'ਤੇ ਯਕੀਨ, ਮੇਰੀ ਗੱਲ ਸੁਣ ਲਾ। ਅੰਦਰੋਂ ਅੰਦਰੀ ਤਾਂ ਮੈਂ ਵੀ ਇਹੀ ਚਾਹੁੰਦੀ ਹਾਂ ਵੀ ਜਸ਼ਨ ਆਪਦੇ ਨਾਂ ਦੀ ਜ਼ਮੀਨ ਤਾਰੀ ਦੇ ਨਾਂ ਕਰਾ ਦੇ। ਅੱਛਾ, ਅੱਜ ਭਲਾ ਸੂਰਜ ਕਿੱਧਰੋਂ ਚੜਿਆ? ਤੂੰ ਐਵੇਂ ਨਾ ਮੇਰੇ ਨਾਲ ਨਾਟਕ ਜਿਹਾ ਨਾ ਕਰਿਆ ਕਰ, ਆਪਦੀ ਗੱਲ ਆਪਦੇ ਕੋਲ ਹੀ ਰੱਖਿਆ ਕਰ, ਮੈਨੂੰ ਨਹੀਂ ਯਕੀਨ ਕੋਈ। ਲੈ ਨਾ ਕਰ ਯਕੀਨ ਤੂੰ, ਮੈਂ ਤਾਂ ਤੈਨੂੰ ਆਪਦੇ ਮਨ ਦੀ ਗੱਲ ਦੱਸਦੀ ਵੀ ਤਾਰੀ ਚਾਹੇ ਛੋਟੇ ਦਾ ਪੁੱਤ ਹੀ ਹੈ ਪਰ ਮਾਂ ਪਿਓ ਤੋਂ ਆਪਾਂ ਨਹੀਂ ਸਮਝਦਾ, ਸਾਰਾ ਦਿਨ ਤੈਨੂੰ ਪਿਓ ਪਿਓ ਕਰਦਾ ਨਹੀਂ ਥੱਕਦਾ। ਮੈਂ ਜਾਣਦਾ ਓਏ ਉਹਦੇ ਡਰਾਮੇ ਨੂੰ, ਨਾਲੇ ਤੇਰੇ ਨੂੰ, ਨਾਲੇ ਜੇ ਜ਼ਮੀਨ ਤਾਰੀ ਦੇ ਨਾਂ ਜਸ਼ਨ ਨੇ ਲਵਾ ਤੀ ਫਿਰ ਆਪਾਂ ਨੂੰ ਕੀ ਫਾਇਦਾ? ਬੇ ਕਾਮੜਿਆ, ਬੇ ਫਾਇਦਾ ਤਾਂ ਆਪਣਾ ਹੀ ਹੈ, ਆ ਤੇਰਾ ਦਿਮਾਗ ਪਤਾ ਨਹੀਂ ਕੀ ਘਾਹ ਖਾਂਦਾ ਹੈਗਾ। ਨਾਲੇ ਮੈਨੂੰ ਐਂ ਤਾਂ ਦੱਸ ਦੇ ਵੀ ਜਦੋਂ ਆਪਾਂ ਨੂੰ ਹੀ ਮਾਂ ਪਿਓ ਮੰਨਦਾ ਫਿਰ ਆਪਣੇ ਬੰਨੀ ਜ਼ਮੀਨ ਆਊਗੀ? ਨਾ ਇੱਕ ਗੱਲ ਦੱਸ ਮੈਨੂੰ, ਆ ਤੈਨੂੰ ਜ਼ਮੀਨ ਦਾ ਲਾਲਚ ਕਦੋਂ ਪੈ ਗਿਆ? ਮੈਨੂੰ ਤਾਂ ਚੱਲ ਹੈ ਲਾਲਚ, ਮੈਨੂੰ ਤਾਂ ਤੁਸੀਂ ਸਾਰੇ ਹੀ ਕਹਿੰਦੇ ਹੋ, ਆ ਤੈਨੂੰ ਜ਼ਮੀਨ ਦਾ ਲਾਲਚ ਕਿੱਥੋਂ ਪੈ ਗਿਆ? ਮੈਨੂੰ ਤੇਰੇ 'ਤੇ ਕੋਈ ਵਿਸ਼ਵਾਸ ਜਿਹਾ ਨਹੀਂ ਹੁੰਦਾ। ਲੈ ਦੇਖ ਲਾ, ਜੇ ਤਾਂ ਮੈਂ ਤੈਨੂੰ ਰੁੱਖਾ ਬੋਲਦੀ ਹਾਂ ਫਿਰ ਤਾਕੂ ਤੂੰ ਸ਼ਰੀਕਾਂ ਮੰਨੀ ਵੀ ਹੈ, ਜੇ ਤੇਰੇ ਪੱਖ ਦੀ ਗੱਲ ਕਰਦੀ ਹੈ ਫਿਰ ਤੂੰ ਉਹਨੂੰ ਸਾਜ਼ਸ਼ਾਂ ਦੱਸਦਾ। ਮੈਂ ਤਾਂ ਭਾਈ ਕੀ ਲੈਣਾ, ਤੂੰ ਜੋ ਮਰਜ਼ੀ ਸਮਝ, ਹੁਣ ਤੂੰ ਦੇਖਦਾ ਜਾਈ। ਆ ਜਸ਼ਨ ਨਾ ਸਾਰੀ ਜ਼ਮੀਨ ਆਪਦੇ ਅੰਮਾ ਜਾਏ ਭਰਾ ਤਾਰੀ ਨਾਲ ਹੀ ਲਵਾਊਗੀ, ਨਾਲੇ ਤੂੰ ਦੇਖੀ ਫਿਰ ਇਹਦੇ 'ਚ ਘਾਟਾ ਕਿਹਨੂੰ ਹੈ? ਓਏ ਘਾਟਾ ਕਿਸੇ ਨੂੰ ਮਰਜ਼ੀ ਹੋਵੇ ਪਰ ਮੈਨੂੰ ਗੱਲਾਂ 'ਤੇ ਯਕੀਨ ਨਹੀਂ ਆਉਂਦਾ ਤੁਹਾਡੀਆਂ 'ਤੇ। ਲੈ ਪਹਿਲਾਂ ਤਾਂ ਭੈਣ ਨੂੰ ਫੋਨ ਕਰਾਂ, ਕਦੋਂ ਦੀ ਕਹੀ ਜਾਂਦੀ ਹੈ। ਹੈਲੋ। ਹਾਂ ਵੀਰੇ, ਕੀ ਬਣਿਆ? ਜਿਹੜਾ ਕੰਮ ਕਿਹਾ ਸੀ ਉਹਦੇ ਬਾਰੇ ਪਤਾ ਕੀਤਾ? ਜਸ਼ਨ ਪਤਾ ਕਰ ਲਿਆ ਮੈਂ, ਇਹ ਸਾਰੀਆਂ ਦਵਾਈਆਂ ਮਲਟੀ ਵਿਟਾਮਿਨ ਦੀਆਂ ਨੇ, ਜਾਣੀ ਕਿ ਤਾਕਤ ਵਾਲੀਆਂ। ਅੱਛਾ, ਨਾ ਵੀਰੇ ਹੁਣ ਕੀ ਕਰੀਏ ਫਿਰ, ਇਹਨਾਂ ਦੇ ਮੂੰਹੋਂ ਕਿਵੇਂ ਖਵਾਈਏ ਵੀ ਇਹਨਾਂ ਨੇ ਬਿਮਾਰੀ ਦਾ ਡਰਾਮਾ ਕੀਤਾ ਸੀ? ਹਜੇ ਤੂੰ ਕੁਛ ਨਾ ਕਰ, ਤੂੰ ਨਾ ਸਬੂਤ ਇਕੱਠੇ ਕਰ ਲਾ, ਜਦੋਂ ਆਪਣੇ ਲਈ ਦੋ ਸਬੂਤ ਇਕੱਠੇ ਹੋ ਗਏ ਫਿਰ ਆਪਾਂ ਇਹਨਾਂ ਨੂੰ ਝੂਠ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ।
ਜੇ ਤੂੰ ਇਹਨਾਂ ਨੂੰ ਹੁਣ ਪੁੱਛੇਗੀ ਤਾਂ ਇਹਨਾਂ ਨੇ ਤਾਂ ਐਂ ਕਹਿ ਦੇਣਾ ਝੂਠ ਨਾਲ ਦੀ ਨਾਲ ਵੀ ਹਾਂ ਡਾਕਟਰ ਨੇ ਲਿਖ ਕੇ ਦਿੱਤੇ ਨੇ ਅਸੀਂ ਲਈ ਜਾਂਦੇ ਹਾਂ। ਪਰ ਵੀਰੇ ਆਪਾਂ ਕਿੰਨਾ ਕੁ ਚਿਰ ਚੁੱਪ ਰਹਾਂਗੇ? ਬਸ ਹੁਣ ਬਾਹਲਾ ਟਾਈਮ ਨਹੀਂ ਲੰਘਦਾ, ਇਹਨਾਂ ਦਾ ਝੂਠ ਨਾ ਇਹਨਾਂ ਦੇ ਮੂੰਹ 'ਤੇ ਚਪੇੜੇ ਵਾਂਗੂ ਵੱਜੂਗਾ। ਬਸ ਤੂੰ ਇੰਨਾ ਕੁ ਧਿਆਨ ਰੱਖੀ, ਜੱਸ 'ਤੇ ਨਿਗਾਹ ਰੱਖਿਆ ਕਰ। ਹਾਂਜੀ ਵੀਰੇ, ਪਰ ਮੈਂ ਮੰਮੀ ਨੂੰ ਇੱਕ ਵਾਰੀ ਪੁੱਛੂੰਗੀ ਤਾਂ ਜ਼ਰੂਰ ਵੀ ਕਿਉਂ ਐਡਾ ਡਰਾਮਾ ਰਚਿਆ ਉਹਨਾਂ ਨੇ। ਜੱਸ ਨੇ ਇਹਨਾਂ ਨੂੰ ਕੁਛ ਵੀ ਪੁੱਛਣ ਦੀ ਲੋੜ ਨਹੀਂ। ਮੈਂ ਤੈਨੂੰ ਇੱਕ ਇਹੋ ਜਿਹੀ ਸਕੀਮ ਦੱਸੂੰਗਾ ਜਿਹਦੇ ਨਾਲ ਤੂੰ ਦੇਖੀ ਆਪ ਹੀ ਸਾਰਾ ਸੱਚ ਵਕਣਗੇ। ਨਾ ਉਹ ਕੀ ਵੀਰੇ? ਬਸ ਤੂੰ ਆਹ ਕੁਛ ਕਰ ਦੇ, ਤੂੰ ਦੇਖੀ ਜੇ ਇਹਨਾਂ ਦਾ ਇਕੱਲਾ ਇਕੱਲਾ ਭੇਤ ਇਹਨਾਂ ਦੇ ਮੂੰਹੋਂ ਨਾ ਕਢਵਾਇਆ ਨਾ ਮੈਨੂੰ ਵੀ ਤਾਰੀ ਨਾ ਕਹੀ। ਪਰ ਵੀਰੇ ਜੇ ਆਹ ਸਟੈਂਡ ਲੈਣ ਨਾਲ ਗੱਲ ਵੱਧ ਗਈ ਫਿਰ ਕੀ ਕਰਾਂਗੇ ਆਪਾਂ? ਕੋਈ ਨਾ ਜਸ਼ਨ, ਤੂੰ ਮੇਰੇ ਹੁੰਦੇ ਫਿਕਰ ਨਾ ਕਰ, ਜਦੋਂ ਆਪਣੇ ਗੱਲ ਨੂੰ ਆਰ ਜਾਂ ਪਾਰ ਲਾਉਣਾ ਹੀ ਹੈ ਨਾ ਤਾਂ ਕੋਈ ਇਹੋ ਜਿਹੀ ਸਕੀਮ ਲਾਵਾਂਗੇ ਜਿਹਦੇ ਨਾਲ ਇਹਨਾਂ ਦੇ ਸਾਰੇ ਟੱਬਰ ਦੇ ਨਾ ਹੋਸ਼ ਹੀ ਉੱਡ ਜਾਣ। ਕੋਈ ਨਾ ਵੀਰੇ, ਜੇ ਤੁਸੀਂ ਕਹਿੰਦੇ ਹੋ ਤਾਂ ਆਹ ਵੀ ਕਰਕੇ ਦੇਖ ਲੈਂਦੇ ਹਾਂ, ਪਰ ਹੁਣ ਟਾਈਮ ਆ ਗਿਆ ਇਹਨਾਂ ਦੇ ਚਿਹਰਿਆਂ ਤੋਂ ਝੂਠ ਦੇ ਪਰਦੇ ਚੱਕਣ ਦਾ। ਹਾਂ ਹਾਂ ਕੋਈ ਨਾ, ਮੈਂ ਤਾਂ ਤੇਰੇ ਨਾਲ ਹਾਂ। ਬਸ ਇੱਕ ਵਾਰੀ ਨਾ ਆਹ ਜੱਸ ਜਿਹੜਾ ਮੈਨੂੰ ਪਤਾ ਲੱਗ ਜਾਂਦੇ ਫਿਰ ਤਾਂ ਤੂੰ ਦੇਖੀ ਇਹਨਾਂ ਨੂੰ ਥਾਣੇ ਤੱਕ ਤੂੰ ਨਾ ਇਹਨਾਂ ਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ। ਚੱਲ ਵੀਰੇ ਮੈਂ ਫੋਨ ਰੱਖਦੀ ਹਾਂ ਇਹ ਤੋਂ ਪਹਿਲਾਂ ਕੋਈ ਆਵੇ, ਅਤੇ ਵੀਰੇ ਨਾਲੇ ਜਿਹੜੀ ਗੱਲ ਆਪਣੇ 'ਚ ਹੋਈ ਆ ਨਾ ਇਹ ਗੱਲ ਦੀ ਭਣਕ ਕਿਸੇ ਨੂੰ ਵੀ ਨਾ ਲੱਗੇ ਅਤੇ ਮੰਮੀ ਨੂੰ ਤਾਂ ਜਮਾਂ ਹੀ ਨਾ, ਤੈਨੂੰ ਪਤਾ ਹੀ ਆ ਮੰਮੀ ਕਿਹੜੇ ਦੌਰ 'ਚੋਂ ਨਿਕਲ ਰਹੀ ਹੈ। ਚੱਲ ਚੰਗਾ ਭੈਣੇ, ਮੈਂ ਫੋਨ ਕੱਟਦਾ ਹੁਣ। ਹਾਂ ਹਾਂ ਤੂੰ ਟੈਨਸ਼ਨ ਨਾ ਲੈ, ਨਾਲੇ ਮੇਰੀ ਗੱਲ ਸੁਣ, ਆਪਦਾ ਅਤੇ ਡਿੰਪਲ ਭੈਣ ਦਾ ਖਿਆਲ ਰੱਖੀ। ਨਾ ਕੀ ਗੱਲ ਦਰਸ਼ਨ, ਕਿਹਦਾ ਫੋਨ ਸੀ? ਮੇਰੇ ਆਉਂਦੇ ਹੀ ਫੋਨ ਕੱਟਤਾ ਤੈਂ। ਓਹੋ ਦੱਸ ਮੈਂ ਕਿਹਦੇ ਨਾਲ ਗੱਲ ਕਰਨੀ ਆ? ਉਹ ਤਾਂ ਮੇਰਾ ਭਰਾ ਸੀ ਤਾਰੀ, ਉਹਦੇ ਨਾਲ ਹਾਲ ਚਾਲ ਪੁੱਛਦੀ ਸੀ। ਅੱਛਾ ਚੱਲ ਮੰਮੀ ਦਾ ਹਾਲ ਚਾਲ ਪੁੱਛ ਲਿਆ, ਠੀਕ ਆ ਮੰਮੀ? ਉਹ ਤਾਂ ਸਭ ਖੈਰ ਸੁਖਾ। ਤਾਏ ਨੇ ਤਾਂ ਨਹੀਂ ਕੋਈ ਨਵਾਂ ਕਲੇਸ਼ ਪਾਇਆ ਮੁੜ ਕੇ ਤਾਰੀ ਅਤੇ ਮੰਮੀ ਨਾਲ? ਨਹੀਂ ਨਹੀਂ ਦੱਸ ਹੁਣ ਤਾਂ ਸਭ ਠੀਕ ਹੈ। ਅਤੇ ਮੈਂ ਨਾ ਐਂ ਕਹਿੰਦੀ ਸੀ, ਉਹ ਤਾਰੀ ਵੀ ਐਂ ਗੱਲਾਂ ਕਰਦਾ ਸੀ, ਤੁਹਾਡੇ ਆਫਿਸ 'ਚ ਕੋਈ ਸੰਦੀਪ ਨਾਮ ਦੇ ਮੁੰਡੇ ਦੀ ਜੁਆਇਨਿੰਗ ਹੋਈ ਆ? ਸੰਦੀਪ ਹੋਈ ਹੋਈ ਯਾਰ, ਮੈਨੂੰ ਤਾਂ ਨਹੀਂ ਮਿਲਿਆ। ਲੈ ਇਹ ਕਿਵੇਂ ਹੋ ਸਕਦਾ, ਉਹਦੀ ਜੁਆਇਨਿੰਗ ਨੂੰ ਤਾਂ 15 ਦਿਨ ਹੋ ਗਏ ਅਤੇ ਤੁਹਾਨੂੰ ਮਿਲੇ ਹੀ ਨਹੀਂ। ਲੈ ਤੂੰ ਕਮਾਲ ਕਰਦੀਆਂ ਜਸ਼ਨ ਯਾਰ, ਹੁਣ ਮੈਂ ਉੱਥੇ ਬੰਦਿਆਂ ਨੂੰ ਮਿਲਦਾ ਫਿਰਦਾ, ਮੈਨੂੰ ਕੀ ਪਤਾ ਕੌਣ ਆਉਂਦਾ ਕੌਣ ਜਾਂਦਾ। ਮੈਂ ਤਾਂ ਆਪਦਾ ਕੰਮ ਕਰਨ ਜਾਂਦਾ ਡਿਊਟੀ 'ਤੇ, ਕੰਮ ਕਰਕੇ ਆਪਦਾ ਸ਼ਾਮ ਨੂੰ ਘਰ ਆ ਜਾਂਦਾ, ਮੈਂ ਨਹੀਂ ਉੱਥੇ ਕਿਸੇ ਨੂੰ ਮਿਲਦਾ ਮੁਲਦਾ, ਐਡਾ ਫਾਲਤੂ ਟਾਈਮ ਨਹੀਂ ਹੈਗਾ ਮੇਰੇ ਕੋਲ। ਓਹੋ ਜਸ ਤੂੰ ਸੋਈ ਘਬਰਾ ਗਏ, ਮੈਂ ਤਾਂ ਵੈਸੇ ਹੀ ਕਹਿਤਾ ਸੀ, ਮੈਂ ਕਿਹਾ ਚੱਲ ਮੇਰੇ ਭਰਾ ਦਾ ਦੋਸਤ ਹੈ ਕਦੇ ਕੰਮ ਹੀ ਪੈ ਜਾਂਦਾ, ਬੰਦਾ ਮਦਦ ਹੀ ਕਰ ਦਿੰਦਾ ਇੱਕ ਦੂਜੇ ਦੀ। ਉਹ ਜਸ਼ਨ ਤੈਨੂੰ ਕੀ ਲੱਗਦਾ ਯਾਰ, ਮੈਂ ਉੱਥੇ ਰਿਸ਼ਤੇਦਾਰੀਆਂ ਪਾਉਂਦਾ ਫਿਰਦਾਗਾ? ਮੇਰੇ ਕੋਲ ਤੈਨੂੰ ਵੀ ਪਹਿਲਾਂ ਵੀ ਕਿਹਾ ਮੈਂ, ਐਡਾ ਫਾਲਤੂ ਟਾਈਮ ਮੇਰੇ ਕੋਲ ਹੈ ਨਹੀਂਗਾ ਵੀ ਮੈਂ ਉੱਥੇ ਜਾਣ ਪਛਾਣ ਕੱਢਦਾ, ਫਿਰ ਲੱਗਿਆ ਹੋਊ ਕੋਈ, ਬਥੇਰੇ ਮੁਲਾਜ਼ਮ ਲੱਗਦੇ ਆ ਰੋਜ਼ ਮਹਿਕਮੇ 'ਚ, ਮੈਨੂੰ ਕੀ ਪਤਾ ਹੁਣ ਕੌਣ ਆਗਾ ਤਾਰੀ ਦਾ ਦੋਸਤ। ਲੈ ਕਮਾਲ ਹੈ ਦੱਸ, ਐਂ ਤਾਂ ਹੁਣ ਬੰਦੇ ਨੂੰ ਇੱਕ ਆਫਿਸ 'ਚ ਰਹਿੰਦੇ ਪਤਾ ਲੱਗਦਾ ਹੀ ਆ ਵੀ ਕਿਹੜਾ ਨਵਾਂ ਆ ਕਿਹਦੀ ਬਦਲੀ ਹੋਈ ਆ। ਯਾਰ ਜਸ਼ਨ ਕਿਉਂ ਦਿਮਾਗ ਖਾਧਾ, ਤੈਂ ਕੀ ਲੈਣਾ, ਮਹਿਕਮੇ 'ਚ ਹਜ਼ਾਰ ਮੁਲਾਜ਼ਮ ਆ, ਕੋਈ ਲੱਗੇ ਕੋਈ ਹਟੇ, ਉਹ ਮੇਰਾ ਦਿਮਾਗ ਖਾਈ ਜਾਂਦੀ ਇੱਥੇ ਬੈਠੀ। ਜਸ ਜਿਹੜੀ ਮੇਰੇ ਸਵਾਲ ਪੁੱਛਣ 'ਤੇ ਤੁਹਾਡੇ ਫੇਸ 'ਤੇ ਆ ਘਬਰਾਹਟ ਸੀ ਨਾ, ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਹੁਣ ਇਸ ਘਰ 'ਚ ਕਿਸੇ ਦਾ ਕੋਈ ਝੂਠ ਨਹੀਂ ਚੱਲੂਗਾ। ਨਾ ਹੁਣ ਤਾਂ ਦੱਸ ਦੇ ਵੀ ਤੂੰ ਸਾਨੂੰ ਇਕੱਠਿਆਂ ਬਿਠਾ ਕੇ ਇਹੋ ਜਿਹੀ ਕਿਹੜੀ ਗੱਲ ਕਰਨੀ ਸੀ? ਜਸ਼ਨ ਦੀਦੀ, ਡਿੰਪਲ, ਇੱਥੇ ਆਇਓ। ਨਾ ਪੁੱਤ, ਆ ਜਸ਼ਨ ਦਾ ਤਾਂ ਮੈਨੂੰ ਸਮਝ ਆ ਗਿਆ, ਮੈਂ ਡਿੰਪਲ ਨੂੰ ਕਿਉਂ ਆਵਾਜ਼ਾਂ ਮਾਰਦੀ ਇਹਦੀ? ਇੱਕ ਮਿੰਟ ਮੰਮੀ, ਸਾਰਿਆਂ ਨੂੰ ਆ ਲੈਣ ਦਿਓ, ਸਾਰੇ ਆਣਗੇ, ਮੈਂ ਉਹਨਾਂ ਵਾਸਤੇ ਇੱਕ ਸਰਪ੍ਰਾਈਜ਼ ਰੱਖਿਆ।
ਸਰਪ੍ਰਾਈਜ਼? ਨਾ ਪੁੱਤ, ਕਿਹੜੇ ਸਰਪ੍ਰਾਈਜ਼ ਦੀ ਗੱਲ ਕਰਦੀ ਆ? ਸਾਨੂੰ ਕੋਲ ਬਿਠਾ ਰੱਖਿਆ, ਸਾਨੂੰ ਤਾਂ ਪਹਿਲਾਂ ਸਰਪ੍ਰਾਈਜ਼ ਦੱਸ ਦੇ ਕਿਹੜਾ ਆ, ਉਹਨਾਂ ਨੂੰ ਫੇਰ ਦੱਸ ਦੇਈ। ਨਹੀਂ ਨਹੀਂ ਮੰਮੀ ਜੀ, ਸਾਰੇ ਨੂੰ ਆ ਲੈਣ ਦਿਓ, ਸਰਪ੍ਰਾਈਜ਼ ਦਾ ਮਜ਼ਾ ਤਾਂ ਸਾਰੇ 'ਚ ਹੀ ਆਉਂਦਾ। ਅੱਛਾ ਪੁੱਤ। ਹੁਣ ਪਤਾ ਨਹੀਂ ਇਹ ਸਾਨੂੰ ਸਰਪ੍ਰਾਈਜ਼ ਦੇ ਕੇ ਕਿਹੜਾ ਝਟਕਾ ਦੇਊਗੀ। ਪਹਿਲਾਂ ਸਰਪ੍ਰਾਈਜ਼ ਦਿੱਤੇ ਥੋੜ੍ਹੇ ਆ, ਦੇਖਦੇ ਹਾਂ ਕੀ ਕਰਦੀ ਕੀ ਨਹੀਂ। ਰਾਣੀ। ਹਾਂ ਭੈਣ। ਮੈਂ ਭੈਣ ਕੀਤੀ ਸੀ ਤੇਰੇ ਬਾਈ ਨਾਲ ਗੱਲ, ਦੇਖਦੀ ਹਾਂ ਜੇ ਕਿਤੇ ਮੇਰੀਆਂ ਗੱਲਾਂ 'ਚ ਆ ਗਿਆ ਨਾ ਤਾਂ ਫਿਰ ਆਪਣਾ ਘਰ ਟੁੱਟਣ ਤੋਂ ਬਚ ਜੂਗਾ। ਹੋਰ ਭੈਣ, ਮੈਂ ਤਾਂ ਆਪ ਆਹੀ ਕਹਿੰਦੀ ਹਾਂ ਵੀ ਆਹ ਜਵਾਕ ਇੰਨਾ ਬੋਝ ਪਾਈ ਬੈਠਾ ਮਨ 'ਤੇ, ਜੇ ਬਾਈ ਮਾੜਾ ਮੋਟਾ ਬੁਲਾ ਲਿਆ ਕਰੇ ਨਾ ਤਾਂ ਇਹ ਠੀਕ ਰਹੇ ਵਧੀਆ। ਹੁਣ ਇੱਕ ਗੱਲ ਹੈ ਭੈਣੇ, ਦਿੱਤਾ ਤਾਂ ਮੈਂ ਉਹਨੂੰ ਜਸ਼ਨ ਦੀ ਜ਼ਮੀਨ ਦਾ ਹੀ ਲਾਲਚ ਹੈਗਾ। ਤੈਨੂੰ ਪਤਾ ਤਾਂ ਹੈਗਾ ਲਾਲਚੀ ਬੰਦਾ ਹੈਗਾ, ਕੀ ਪਤਾ ਆਪਣੇ ਜਾਲ 'ਚ ਫਸ ਜੇ। ਹੈ ਭੈਣੇ, ਜਸ਼ਨ ਦੀ ਜ਼ਮੀਨ ਤਾਂ ਹੁਣ ਆਪਾਂ ਜਸ਼ਨ ਦੇ ਨੌਂ ਕਰਾ ਚੁੱਕੇ, ਅਤੇ ਉਹ ਕਿਵੇਂ ਹੋਊ ਫਿਰ? ਓਹੋ ਭੈਣੇ, ਆਪਾਂ ਜ਼ਮੀਨ ਨਾ ਥੋੜ੍ਹੀ ਕਰਾਉਣੀ ਹੈ, ਆਪਾਂ ਤਾਂ ਬਸ ਉਹਨੂੰ ਇਕੱਲਾ ਜ਼ਮੀਨ ਦਾ ਲਾਲਚ ਹੀ ਦੇਣਾ। ਨਾਲੇ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਇੰਨੀ ਕਮਾਰ ਝੱਲਣ ਵਾਲਾ ਹੀ ਹੈ, ਬਸ ਕੇਰਾਂ ਤਾਰੀ ਨੂੰ ਘਰੇ ਬਾਲ ਲਏ ਫਿਰ ਉਹਨੂੰ ਸਭ ਕੁਛ ਸਿਖਾਉਣਾ ਕੋਈ ਔਖਾ ਨਹੀਂ। ਦੇਖ ਸ਼ਿੰਦਰੇ, ਕਿਤੇ ਉਹ ਗੱਲ ਨਾ ਕਰਦੀ ਵੀ ਨਾ ਇਹ ਤਾਂ ਆਪਦਾ ਪੁੱਤ ਘਰੇ ਬਾਲ ਲਏ ਅਤੇ ਨਾਲੇ ਨਾ ਇੱਥੇ ਰੋਣ ਨੂੰ ਮੈਨੂੰ ਇਕੱਲੀ ਨੂੰ ਛੱਡ ਜੇ। ਲੈ ਦੱਸ, ਤੈਨੂੰ ਭੈਣੇ ਮੈਂ ਇਹੋ ਜਿਹੀ ਲੱਗਦੀ ਨਹੀਂ? ਜੇ ਮੈਂ ਤੇਰੇ ਨਾਲ ਕੋਈ ਧੋਖਾ ਕਰਨਾ ਹੁੰਦਾ ਤਾਂ ਫਿਰ ਤਾਰੀ ਦੀ ਗੱਲ ਦਾ ਸੱਚ ਤੇਰੇ ਸਾਹਮਣੇ ਕਿਉਂ ਲੈ ਕੇ ਆਉਂਦੀ ਮੈਂ? ਬਸ ਸ਼ਿੰਦਰੇ, ਤੇਰੀ ਆਹੀ ਗੱਲ ਨੇ ਬੰਨ ਰੱਖਿਆ ਮੈਨੂੰ, ਜੇ ਸੱਚ ਪੁੱਛੇ ਨਾ ਆ ਲੋਕਾਂ ਸਾਹਮਣੇ ਆਪਾਂ ਦਰਾਣੀਆਂ ਛਾਣੀਆਂ, ਊਂ ਤਾਂ ਨਾ ਤੂੰ ਮੈਨੂੰ ਸਕਿਆ ਭੈਣਾਂ ਤੋਂ ਵੀ ਵੱਧ ਲੱਗਦੀ ਹੈ। ਨਹੀਂ ਆਪਾਂ ਹੈਗੀਆਂ ਹੀ ਭੈਣਾਂ ਭੈਣਾਂ। ਨਾ ਆ ਦੇਖ ਲਾ, ਹਰਲ ਹਰਲ ਕਰਦੀ ਤੁਰੀ ਫਿਰਦੀ ਹੈ ਸਾਰਾ ਦਿਨ। ਇੱਧਰ ਮੇਰੀ ਗੱਲ ਸੁਣ। ਮੇਰੀ ਗੱਲ ਸੁਣ ਲੈ, ਜੇ ਮੈਂ ਇੱਧਰ ਆਉਂਦੀ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਆਈ ਤੁਰੀ ਫਿਰੇ ਭੌਂਕਦੀ। ਲੈ ਦੇਖ ਲਾ, ਹਾਲੇ ਸਵੇਰ ਦੀ ਨੇ ਇਕੱਲਾ ਆ ਕੇ ਵਿਹੜਾ ਹੀ ਸੰਭਰਿਆ, ਨਾ ਤੈਨੂੰ ਐਂ ਨਹੀਂ ਪਤਾ ਮੁੰਡਾ ਕਦੋਂ ਦਾ ਕਿ ਆਉਣ ਵਾਲਾ, ਰੋਟੀ ਟੁੱਕ ਕਰ ਲਾ। ਬਸ ਸ਼ਿੰਦਰ। ਮੰਮੀ ਮੇਰੀ ਗੱਲ ਸੁਣ, ਪਹਿਲਾਂ ਤਾਂ ਤੁਹਾਡਾ ਹੱਕ ਹੀ ਨਹੀਂ ਗਾ ਮੈਨੂੰ ਬੋਲਣ ਦਾ, ਜਦੋਂ ਤੁਸੀਂ ਮੇਰੀ ਸੱਸ ਸੀਗੇ ਤਾਂ ਉਦੋਂ ਮੈਂ ਤੁਹਾਡੀਆਂ ਗੱਲਾਂ ਸੁਣਦੀ ਸੀ, ਹੁਣ ਚਾਚੀ ਸਾਡੀ ਮਾਂ ਹੈ ਤੇ ਚਾਚੀ ਮੇਰੀ ਸੱਸ ਆ, ਫਿਰ ਤੁਸੀਂ ਕਿਉਂ ਬੋਲਦੇ ਹੋ ਮੈਨੂੰ? ਨਾ ਤੂੰ ਆਏ ਕਿਵੇਂ ਬੋਲਦੀ ਆ, ਨਾਲੇ ਤੇਰੀ ਇੰਨੀ ਹਿੰਮਤ ਕਿਵੇਂ ਪੈ ਗਈ ਮੈਨੂੰ ਬੋਲਣ ਦੀ? ਚੱਲ ਕਾਹਨੂੰ ਸ਼ਿੰਦਰੇ, ਐਵੇਂ ਕਾਹਨੂੰ ਬੋਲੀ ਜਾਂਦੀ ਹੈਗੀ, ਇਹ ਤਾਂ ਹੈ ਨਿਆਣੀ। ਨਹੀਂ ਨਿਆਣੀ ਨਹੀਂ ਹੈਗੀ, ਇਹਨੂੰ ਸਭ ਪਤਾ ਹੈ, ਮੇਰੇ ਜ਼ਖਮਾਂ ਤੇ ਨੂਣ ਲਾਉਂਦੀ ਹੈ ਇਹ। ਜਦੋਂ ਦਾ ਚਾਚਾ ਇਸ ਘਰ 'ਚ ਗਿਆ ਨਾ, ਮੈਂ ਸਾਰੇ ਘਰ ਦੀ ਜ਼ਿੰਮੇਵਾਰੀ ਆਪਦੇ ਸਿਰ ਤੇ ਚੱਕ ਰੱਖੀ ਹੈ, ਕੀ ਮੈਂ ਮਾੜਾ ਕਰਤਾ? ਚਾਚੀ ਜੀ ਤੁਸੀਂ ਇਹਨਾਂ ਨੂੰ ਰੋਕਿਆ ਨਾ ਕਰੋ, ਬੋਲ ਹੀ ਲੈਣ ਦਿਓ, ਇਹਨਾਂ ਨੂੰ ਨਾ ਸਿਰਫ ਮੇਰੇ 'ਚ ਕਮੀਆਂ ਹੀ ਦਿਸਦੀਆਂ ਨੇ। ਚੱਲ ਜਾ ਪੁੱਤ, ਤੂੰ ਉੱਧਰ ਜਾ, ਕੋਈ ਨਾ ਚੱਕ ਰੱਖੀ ਇਹਨੇ ਜ਼ਿੰਮੇਵਾਰੀ। ਆਪਣੇ ਪੁੱਤ ਨੂੰ ਰੋਟੀਆਂ ਤੁਸੀਂ ਲਾ ਕੇ ਦਿੰਦੇ ਹੋ, ਜਦੋਂ ਮੈਨੂੰ ਪਤਾ ਵੀ ਮੈਂ ਲਾ ਕੇ ਦੇਣੀਆਂ, ਮੇਰਾ ਵੀ ਬੰਦਾ ਹੈ। ਹਾਂ ਸ਼ਿੰਦਰ, ਘਰ ਦੀ ਮੇਰੇ ਲੈਣੇ ਇਹੀ ਆ ਗਈ, ਸਰਪੰਚੀ ਗਏ ਇਹੀ ਘੋਟਦੀ ਹੈ ਨਾ। ਮੇਰੀ ਗੱਲ ਸੁਣ, ਜ਼ਿੰਮੇਵਾਰੀ ਇਹ ਕੀ ਚੱਕੂਗੀ, ਤੂੰ ਨਹੀਂ ਜਦੋਂ ਘਰ ਦੀ ਮੂਹਰੇ ਵੱਡੀ ਬੈਠੀ ਹੈਗੀ। ਚੱਲ ਕੋਈ ਨਾ, ਇਹ ਤਾਂ ਜਿਹੀ ਜੀ ਹੈਗੀ ਹੈਗੇ, ਛੱਡ ਗੁੱਸੇ ਨੂੰ, ਨਿਆਣੀ ਹੈਗੀ, ਕੋਈ ਨਾ ਬੋਲਗੀ ਤੈਨੂੰ। ਹਾਂ ਚੰਬੜਾਈ ਤਾਂ ਤੈਂ ਹੀ ਹੈ, ਤੈਂ ਹੀ ਸਿਰ ਚੜਾਈ ਹੈ ਨਿਆਣੀ ਨਿਆਣੀ ਕਹਿ ਕੇ। ਨਹੀਂ ਕੋਈ ਨਾ, ਬਣ ਬਦਲਣਗੇ। ਨਹੀਂ ਛੱਡ ਗੁੱਸੇ ਨੂੰ, ਭਰਾ ਆਪਾਂ ਆਪਦੀਆਂ ਗੱਲਾਂ ਕਰਦੇ ਹਾਂ, ਇਹਦਾ ਤਾਂ ਕੀ ਹੈ, ਕੋਈ ਨਾ ਕਰ ਲੂਗੀ ਕੰਮ ਧੰਦਾ, ਕੰਮ ਤਾਂ ਬਥੇਰਾ ਕਰਦੀ ਹੈਗੀ, ਹੁਣ ਜਿੱਦੇ ਦਾ ਤੇਰਾ ਬਾਈ ਮੁੱਕਿਆ ਨਾ ਉਦੋਂ ਬਾਅਦ ਸਾਰੀ ਜ਼ਿੰਮੇਵਾਰੀ ਆਪ ਹੀ ਸੰਭਾਲੀ ਫਿਰਦੀ ਹੈ। ਨਾ ਤੂੰ ਮੈਨੂੰ ਐਂ ਦੱਸ, ਮੈਂ ਇਹਨੂੰ ਗਲਤ ਕੀ ਕਿਹਾ ਵੀ ਜਦੋਂ ਮੁੰਡਾ ਸਿਰ 'ਤੇ ਆ ਕੇ ਖੜ ਗਿਆ ਤੂੰ ਉਦੋਂ ਰੋਟੀ ਟੁੱਕ ਕਰੇਗੀ? ਟਾਈਮ ਸਿਰ ਤੂੰ ਵਿਹਲੀ ਹੋ ਗਈ, ਤੂੰ ਰੋਟੀ ਟੁੱਕ ਬੰਨੀ ਹੋ ਜਾ। ਚੱਲ ਕੋਈ ਨਾ, ਕਰ ਲੂਗੀ ਰੋਟੀ ਟੁੱਕ, ਹੁਣ ਕਰ ਲੈਂਦੀ, ਤੂੰ ਨਾ ਗੁੱਸਾ ਕਰਿਆ ਕਰ, ਕਿਉਂ ਆਪਦਾ ਐਵੇਂ ਮਨ ਦੁਖੀ ਕਰਦੀ ਹੈਗੀ।
ਨੀ ਪ੍ਰੀਤੀਏ, ਆ ਹੁਣ ਤਾਂ ਜਸ਼ਨ ਤੇ ਡਿੰਪਲ ਵੀ ਆ ਗਈਆਂ, ਹੁਣ ਤਾਂ ਦੱਸਦੇ ਕੀ ਸਰਪ੍ਰਾਈਜ਼ ਆ। ਕੀ ਗੱਲ ਪ੍ਰੀਤ, ਸਾਨੂੰ ਕਿਉਂ ਬੁਲਾਇਆ ਇੱਥੇ? ਮੈਂ ਨਾ ਤੁਹਾਡੇ ਲਈ ਇੱਕ ਸਰਪ੍ਰਾਈਜ਼ ਰੱਖਿਆ ਸੀ, ਉਹ ਦਿਖਾਉਣ ਵਾਸਤੇ ਬੁਲਾਇਆ ਸੀ, ਅਤੇ ਮੰਮੀ ਜੀ ਸਰਪ੍ਰਾਈਜ਼ ਤਾਂ ਤੁਹਾਡੇ ਪਿੱਛੇ ਪਿਆ। ਇੱਕ ਮਿੰਟ ਮਾੜੇ ਜਿਹੇ ਸਾਈਡ ਹੋਇਓ। ਆਹ ਦੇਖੋ, ਤੁਹਾਡੇ ਲਈ ਸਰਪ੍ਰਾਈਜ਼ ਲੈ ਕੇ ਆਈ ਹਾਂ। ਆਹ ਸੀ ਸਰਪ੍ਰਾਈਜ਼, ਤੁਸੀਂ ਤਾਂ ਐਵੇਂ ਹੈਰਾਨ ਹੋ ਗਏ। ਆਹ ਦੇਖੋ, ਤੁਹਾਡੇ ਲਈ ਸੂਟ, ਮੇਰੀ ਫਰੈਂਡ ਦੀ ਬੁਟੀਕ ਸੀ, ਸਪੈਸ਼ਲ ਤਿਆਰ ਕਰਾਇਆ ਤੁਹਾਡੇ ਲਈ, ਰੰਗ ਜਮਾ ਸੂਟ ਕਰੂਗਾ ਤੁਹਾਡੇ 'ਤੇ। ਅੱਛਾ ਪੁੱਤ, ਮੇਰੇ ਵਾਸਤੇ ਆ ਸੂਟ, ਸੋਹਣਾ ਆ ਜਸ਼ਨ। ਹਾਂਜੀ ਮੰਮੀ, ਬਹੁਤ ਹੀ ਸੋਹਣਾ ਹੈ, ਅਤੇ ਰੰਗ ਵੀ ਤੁਹਾਡੇ 'ਤੇ ਪੂਰਾ ਉੱਠੂਗਾ। ਰਾਜੀ ਰਹਿਤੀ ਹੈ, ਸੋਹਣਾ ਲੱਗਾ ਮੰਮਾ ਦੀਦੀ, ਤੁਸੀਂ ਤਾਂ ਦੇਖੋ। ਹਾਂ ਬਹੁਤ ਸੋਹਣਾ ਗਾ। ਜਸ਼ਨ ਭਾਬੀ, ਮੈਨੂੰ ਨਾ ਤੁਹਾਡੇ ਬਾਰੇ ਇੰਨਾ ਕੁਛ ਖਾਸ ਤਾਂ ਪਤਾ ਨਹੀਂ ਸੀ, ਪਰ ਮੈਂ ਵੀ ਤੁਹਾਡੇ ਲਈ ਕੁਛ ਨਾ ਕੁਛ ਲੈ ਕੇ ਆਈ ਹਾਂ। ਲੈ ਪ੍ਰੀਤ, ਮੇਰੇ ਲਈ ਲੈ ਕੇ ਆਉਣ ਦੀ ਕੀ ਜ਼ਰੂਰਤ ਸੀ, ਮੈਂ ਤੈਨੂੰ ਮਿਲੀ ਉਹੀ ਬਹੁਤ ਹੈ। ਆਹ ਦੇਖਿਓ ਪਰਫਿਊਮ, ਉੱਥੇ ਦਾ ਖਾਸ ਪਰਫਿਊਮ ਹੈ, ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖੋ। ਕਿੰਨੀ ਸੋਹਣੀ ਫਰੈਗਰੈਂਸ ਆਉਂਦੀ ਹੈ। ਅਤੇ ਆਹ ਮੇਰੇ ਲਈ ਟੀ ਸ਼ਰਟ ਦੇਖੋ, ਪਸੰਦ ਆਈ ਹੈ? ਬਹੁਤ ਸੋਹਣੀ, ਬਿਲਕੁਲ ਜਸ ਦੀ ਪਸੰਦ ਨਾਲ ਦੀ। ਵਧੀਆ ਲੱਗੂਗੀ ਮੇਰੇ 'ਤੇ। ਪ੍ਰੀਤ, ਤੇਰੀ ਪਸੰਦ ਤਾਂ ਬਿਲਕੁਲ ਸਾਡੇ ਨਾਲ ਦੀ ਹੈ। ਸਾਰੇ ਵਾਸਤੇ ਕੁਛ ਨਾ ਕੁਛ ਨਾ, ਮੇਰੇ ਵਾਸਤੇ। ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਮੈਨੂੰ ਕਿੰਨੇ ਕੁ ਗਿਫਟ ਦੇਤੇ? ਅੱਜ ਤੱਕ ਇੱਕ ਗਿਫਟ ਦਿੱਤਾ ਮੈਨੂੰ, ਤੇ ਮੈਂ ਕਿਉਂ ਲੈ ਕੇ ਆਵਾਂ? ਸਹੀ ਗੱਲ ਹੈ ਪੁੱਤ, ਤੂੰ ਇਹਨੂੰ ਗਿਫਟ ਦਿੰਦਾ ਹੁੰਦਾ ਤਾਂ ਤੇਰੇ ਲਈ ਵੀ ਗਿਫਟ ਲਿਆਉਂਦੀ। ਵੈਸੇ ਤਾਂ ਇਹ ਤੁਹਾਡਾ ਤੀਵੀਂ ਆਦਮੀ ਦਾ ਮਾਮਲਾ ਆ, ਅਸੀਂ ਵਿੱਚ ਬੋਲਦੇ ਨਹੀਂ, ਪਰ ਤੀਵੀਆਂ ਨੂੰ ਬੰਦੇ ਗਿਫਟ ਕੋਈ ਨਾ ਕੋਈ ਦਿੰਦੇ ਰਹਿੰਦੇ ਹੁੰਦੇ ਆ। ਹੋਰ ਤੇਰੀ ਇਹ ਜੀਵਨ ਸਾਥਣਾ, ਦੇਣਾ ਚਾਹੀਦਾ ਗਿਫਟ ਤੈਨੂੰ। ਜੇ ਦਿੱਤਾ ਹੁੰਦਾ ਨਾ, ਅੱਜ ਮੈਂ ਕੁਛ ਨਾ ਕੁਛ ਲੈ ਕੇ ਆਉਂਦੀ ਤੁਹਾਡੇ ਵਾਸਤੇ। ਹੋਰ ਵੀਰੇ, ਪਹਿਲਾਂ ਸੋਚਣਾ ਸੀ ਗਿਫਟ ਮੰਗਣ ਤੋਂ, ਵੀ ਮੈਂ ਦਿੱਤੇ ਕਦੇ? ਉਹ ਜਸ਼ਨ ਬਈ, ਹੁਣ ਮੈਨੂੰ ਕਿਹੜਾ ਪਤਾ ਸੀ ਵੀ ਇਹ ਗਿਫਟ ਲੈ ਕੇ ਆਊਗੀ, ਜੇ ਐਂ ਪਤਾ ਹੁੰਦਾ ਕੋਈ ਨਾ ਕੁਛ ਕੁਛ ਨਾ ਕੁਛ ਮੈਂ ਵੀ ਦੇ ਦਿੰਦਾ। ਜ਼ਰੂਰੀ ਨਹੀਂ ਹੁੰਦਾ ਕਿ ਪਤਾ ਹੀ ਹੋਵੇ, ਪਹਿਲਾਂ ਵੀ ਦਿੱਤਾ ਜਾਂਦਾ ਹੈ। ਹੋਰ ਗਿਫਟ ਤਾਂ ਬੰਦਾ ਜਿਹੜਾ ਮਰਜ਼ੀ ਲਿਆ ਦੇਵੇ, ਗਿਫਟ ਤਾਂ ਗਿਫਟ ਵਾ। ਭੁੱਲ ਲੈ, ਜੇ ਕਿਤੇ ਮੇਰਾ ਪਹਿਲਾਂ ਵਿਆਹ ਹੋਇਆ ਹੁੰਦਾ ਫਿਰ ਮੈਨੂੰ ਗਿਫਟਾਂ ਗੁਫਟਾਂ ਦਾ ਪਤਾ ਵੀ ਹੁੰਦਾ। ਵਿਚਾਰਾ ਅਣਜਾਣ ਆ ਨਾ ਮੰਮੀ ਜੀ, ਪਤਾ ਨਹੀਂ ਵੀਰੇ ਨੂੰ। ਹਾਂ ਡਿੰਪਲ, ਮੈਨੂੰ ਨਹੀਂ ਪਤਾ ਸੀ ਇਸ ਘਰ 'ਚ ਤੂੰ ਹੀ ਹੈ, ਮੈਂ ਕੁਛ ਨਾ ਕੁਛ ਲੈ ਕੇ ਆਉਂਦੀ ਜੇ ਮੈਨੂੰ ਪਤਾ ਹੁੰਦਾ। ਚੱਲ ਕੋਈ ਗੱਲ ਨਹੀਂ, ਮੈਂ ਇੱਥੋਂ ਤੈਨੂੰ ਕੁਛ ਲੈ ਕੇ ਦੇ ਦਾਂਗੀ। ਨਹੀਂ ਨਹੀਂ ਜੀ, ਮੈਨੂੰ ਕੁਛ ਨਹੀਂ ਚਾਹੀਦਾ, ਬਸ ਤੁਸੀਂ ਇਸ ਘਰ ਦਾ ਮੈਂਬਰ ਸਮਝ ਕੇ ਮੈਨੂੰ ਇੱਥੇ ਬੁਲਾ ਲਿਆ, ਇਹੀ ਬਹੁਤ ਆ। ਓ ਸੋ ਸਵੀਟ ਯਾਰ, ਚੱਲ ਕਦੋਂ ਮੇਰੇ ਤੋਂ ਬਾਜ਼ਾਰ ਜਾਇਆ ਜਾਊ, ਇੰਝ ਕਰਦੀ ਹਾਂ। ਦਿਸ ਇਜ਼ ਫੋਰ ਯੂ, ਫੜ ਲਓ ਨਾ ਦੀਦੀ, ਕਿੰਨੇ ਪਿਆਰ ਨਾਲ ਦੇ ਰਹੀ ਹੈ ਪ੍ਰੀਤ ਤੁਹਾਨੂੰ। ਲੈ ਲਓ ਨਾ, ਫਿਰ ਕੀ ਹੋ ਗਿਆ? ਨਹੀਂ ਨਹੀਂ ਜੀ, ਇੰਨਾ ਕਿਉਂ ਡਰ ਰਹੇ ਹੋ? ਮੰਮਾ ਤੁਸੀਂ ਕਹੋ ਨਾ ਵੀ ਇਹ ਲੈ ਲੈਣ ਲਿੰਗ, ਮੈਨੂੰ ਲੱਗ ਰਿਹਾ ਤੁਹਾਡੇ ਤੋਂ ਡਰ ਰਹੇ ਨੇ। ਹੰਨਾ ਨਾ ਪੁੱਤ, ਡਰਨਾ ਕਿਉਂ ਆ, ਲੈਲਾ ਜਦ ਇੰਨੇ ਪਿਆਰ ਨਾਲ ਦਿੰਦੀ ਹੈ ਛਾਪ। ਆ ਲਓ, ਕੋਈ ਗੱਲ ਨਹੀਂ, ਮੈਂ ਪਹਿਨਾਉਂਦੀ ਹਾਂ ਤੁਹਾਨੂੰ। ਜਸ਼ਨ ਦੀਦੀ ਦੇਖਿਓ ਕਿੰਨੀ ਸੋਹਣੀ ਰਿੰਗ ਹੈ, ਮੈਨੂੰ ਲੱਗਦਾ ਇਹਨਾਂ ਵਾਸਤੇ ਹੀ ਬਣੀ ਹੈ। ਹਾਂ ਦੀਦੀ, ਬਹੁਤ ਹੀ ਸੋਹਣੀ ਹੈ, ਪਰ ਥੋੜ੍ਹੀ ਜਿਹੀ ਟਾਈਟ ਲੱਗਦੀ ਹੈ ਨਾ। ਕੋਈ ਗੱਲ ਨਹੀਂ, ਪਰ ਸੋਹਣੀ ਲੱਗਦੀ ਹੈ, ਬਿਊਟੀਫੁਲ।
ਥੈਂਕ ਯੂ। ਲਓ ਦੀਦੀ ਰੱਖੋ, ਛੋਟੀ ਉਂਗਲ 'ਚ ਪਾ ਲਿਓ। ਹਾਂਜੀ ਹਾਂ, ਇੱਥੇ ਵਧੀਆ ਲੱਗੂਗੀ। ਹਾਂਜੀ ਹੈ ਨਾ ਮੰਮੀ, ਬਹੁਤ ਸੋਹਣੀ ਲੱਗਦੀ ਹੈ। ਹਾਂ ਪੁੱਤ, ਬਹੁਤ ਸੋਹਣੀ ਲੱਗਦੀ ਹੈ। ਪ੍ਰੀਤ ਪੁੱਤ ਚੱਲ ਤੂੰ ਐਂ ਕਰ, ਆਹ ਦੇਖ ਦਿਖਾਈਏ ਦਾ ਸਾਰਾ ਕੰਮ ਹੋ ਗਿਆ ਨਾ, ਦੇਤ ਤੇ ਗਿਫਟ ਜਿਹਨੂੰ ਦੇਣੇ ਸੀ। ਹਾਂਜੀ ਹਾਂਜੀ, ਜਾ ਤੂੰ ਆਰਾਮ ਕਰ ਜਾ ਕੇ। ਚਲੋ ਠੀਕ ਹੈ ਮੰਮਾ। ਹੋਰ ਜੇ ਕੋਈ ਖਾਣਾ ਪੀਣਾ ਹੋਇਆ ਜਸ਼ਨ ਨੂੰ ਤੇ ਡਿੰਪਲ ਨੂੰ ਦੱਸ ਦੇ। ਠੀਕ ਹੈ ਮੰਮਾ। ਚਲੋ ਦੀਦੀ, ਆਪਣੇ ਵੀ ਕੱਪੜੇ ਪਏ ਆ ਧੋਈ। ਹਾਂ ਚਲੋ। ਚਲੋ ਠੀਕ ਹੈ ਮੰਮਾ, ਬਾਏ। ਨਾ ਗੱਲ ਸੁਣ ਵੇ ਇਸ਼ੂ, ਆਹ ਕਿੱਦਾਂ ਦੀ ਜਨਾਨੀ ਭਾਲੀ ਹੈ, ਘਰ ਦੇ ਨੌਕਰਾਂ ਨੂੰ ਵੀ ਆਪਣੇ ਗਹਿਣੇ ਗੱਟੇ ਲਾ ਲਾ ਦੇਈ ਜਾਂਦੀ ਬੇਵਕੂਫ ਔਰਤ। ਨਾ ਹੁਣ ਕੀ ਕਰਾਂ ਮਾਂ, ਹੁਣ ਲਾ ਕੇ ਦੇਤੀ ਤਾਂ ਦੇਤੀ, ਹੁਣ ਉਹਦੇ ਤੋਂ ਪੁੱਠੀ ਲਹਾ ਲਾ ਮੈਂ। ਚੱਲ ਜੇ ਤੂੰ ਨਹੀਂ ਲਹਾ ਸਕਦਾ ਉਹਦੇ ਹੱਥ 'ਚੋਂ ਛਾਪ, ਤਾਂ ਮੈਂ ਲਹਾ ਲਊਂਗੀ, ਐਡੀ ਕਿੱਡੀ ਕੁ ਗੱਲ ਹੈ। ਉਹ ਮਾਂ ਹੁਣ ਦੇਤੀ ਤਾਂ ਦੇਤੀ, ਕਾਹਦੇ ਪਿੱਛੇ ਕਚੀਰਾ ਕਰਨਾ, ਮੈਂ ਤਾਂ ਨਹੀਂ ਲਹਾ ਸਕਦਾ, ਜੇ ਤੇਰੇ 'ਚ ਜ਼ੋਰ ਹੋਇਆ ਤਾਂ ਲਹਾ ਲਈ, ਨਾਲੇ ਇੱਕ ਗੱਲ ਹੋਰ, ਸ਼ਾਂ ਭੱਲੇ ਜੇ ਲਹਾ ਵੀ ਲਈ ਨਾ, ਆਪਦੀ ਉਂਗਲ 'ਚ ਨਹੀਂ ਪਾਉਣੀ, ਪਹਿਲੇ ਸਾਨੂੰ ਮਾਂ ਪੁੱਤਾਂ ਨੂੰ ਬਥੇਰਾ ਖਵਾਤਾ ਮੈਂ। ਹਾਏ ਹਾਏ, ਮੈਂ ਵੀ ਨਾ ਬਾਹਲੀ ਹੋਈ ਤੱਤੀ ਚੱਲ ਜਾਂਦੀ ਹਾਂ, ਪਤਾ ਨਹੀਂ ਇੰਨਾ ਗੁੱਸਾ ਮੇਰੇ 'ਚ ਕਿੱਥੋਂ ਭਰਿਆ, ਹੁਣ ਪਤਾ ਨਹੀਂ ਮੈਂ ਮੰਮੀ ਨੂੰ ਕੀ ਕੁਛ ਕਿਹਾ ਸੀ ਗੁੱਸੇ 'ਚ, ਜੇ ਕਿਤੇ ਇਹਨੇ ਤਾਰੀ ਕੋਲੇ ਗੱਲ ਕਰਤੀ ਨਾ ਮੇਰੀ, ਮੇਰੀ ਤਾਂ ਤਾਰੀ ਨੇ ਵਾਟ ਲਾ ਦੇਣੀ ਆ, ਉਹ ਤਾਂ ਮੇਰੇ ਜੁੰਡੇ ਪੱਟਣ ਤੱਕ ਊਂ ਆਉਂਦਾ, ਕੋਈ ਗੱਲ ਵੀ ਨਹੀਂ ਹੋਈ ਹੁੰਦੀ, ਜੇ ਐਡੀ ਗੱਲ ਉਹਨੇ ਸੁਣ ਲਈ ਵੀ ਇਹ ਮਾਂ ਨੂੰ ਮੇਰੀ ਨੂੰ ਐਂ ਬੋਲੀ ਆ, ਖੱਖੜੀਆਂ ਖਰਬੂਜੇ ਕਰ ਦੇਣਾ ਮੇਰਾ ਕੁੱਟ ਕੁੱਟ ਕੇ। ਚੱਲ ਕੋਈ ਨਹੀਂ। ਸਿੰਦਰੇ ਤੂੰ ਇਹਨੂੰ ਐਵੇਂ ਨਾ ਬੋਲਿਆ ਕਰ, ਇੱਕ ਤਾਂ ਪਹਿਲੀ ਦੇਖ ਆਪਣੇ ਘਰ ਦਾ ਮਾਹੌਲ ਨਹੀਂ ਠੀਕ ਹੈਗਾ, ਉੱਤੋਂ ਆਂਢ ਗੁਆਂਢ ਠੀਕ ਹੋਊਗਾ, ਆਖਣਗੇ ਜਦੋਂ ਦਾ ਪਤਾ ਲੱਗਿਆ ਵੀ ਤਾਰੀ ਸਾਡਾ ਪੁੱਤ ਨਹੀਂ, ਉਦੋਂ ਦੇ ਬਹੂ ਨਾਲ ਲੜਨ ਲੱਗ ਗਏ, ਪਹਿਲਾਂ ਮਨਪ੍ਰੀਤ ਨੂੰ ਕੋਈ ਕੁਛ ਨਹੀਂ ਕਹਿੰਦਾ ਸੀ। ਭੈਣੇ ਇਹ ਗੱਲਾਂ ਹੀ ਇਹੋ ਜਿਹਾ ਕਰਦੀ ਹੈ, ਮੈਂ ਇਹਨੂੰ ਬੋਲਣਾ ਤਾਂ ਹੋਰ ਕੀ ਕਰਾਂ। ਨਹੀਂ ਤੂੰ ਐਂ ਸਮਝ ਲੈ ਵੀ ਇਹ ਤੇਰੀ ਨੂੰ ਹੈਓ ਨਹੀਂ, ਬਸ ਚੁੱਪੇ ਰਹਿ, ਇਹਨੂੰ ਕੁਛ ਹੀ ਨਾ ਕਿਹਾ ਕਰ। ਹਾਂ ਤਾਂ ਗੱਲ ਤੂੰ ਜਮ੍ਹਾਂ ਠੀਕ ਕਹਿਣੀ ਹੈ, ਇਹ ਸੱਚੀ ਮੇਰੀ ਨੂੰ ਹੈ ਹੀ ਨਹੀਂ, ਜੇ ਮੇਰੀ ਨੂੰ ਹੁੰਦੀ ਤਾਂ ਫਿਰ ਇਹ ਮੈਨੂੰ ਐਂ ਬੋਲਦੀ। ਕੀ ਗੱਲ ਹੋ ਗਈ ਮਾਂ, ਕਿਵੇਂ ਭੱਖੀ ਜੀ ਬੈਠੀ ਹੈ ਹੈਂ? ਬੇ ਪੁੱਤ ਕਾਹਨੂੰ, ਇਹ ਤਾਂ ਨਾ ਬਾਈ ਦੀਆਂ ਗੱਲਾਂ ਕਰਕੇ ਬਸ ਔਖੇ ਜਿਹੇ ਹੋਏ ਪਏ ਸੀ, ਤੈਨੂੰ ਪਤਾ ਹੀ ਆ ਹੁਣ ਕਹੀ ਜੀ ਜਿੱਦ ਫੜ ਰੱਖੀ ਆ ਉਹਨੇ। ਚਾਚੀ ਉਹ ਮੇਰੇ ਵਾਲੇ ਪਿਓ ਦਿੱਤਾ ਨਾ ਜਵਾਕਾਂ ਦਾ ਮਤਾ ਹੋਇਆ ਪਿਆ, ਉਹ ਤਾਂ ਉਹਨਾਂ ਵਾਂਗੂ ਹਿੰਟ ਕਰੀ ਜਾਂਦਾ ਜੇ ਜਵਾਕ ਕਰਦੇ ਹੁੰਦੇ ਨੇ। ਚੱਲ ਕੋਈ ਨਾ, ਤੂੰ ਐਂ ਕਰ ਤੇਰੀ ਮਾਂ ਕੋਲ ਬੈਠ, ਅੰਦਰ ਦੁੱਧ ਧਾਰ ਕੇ ਕਦੇ ਦੁੱਧ ਨਾ ਨਿਕਲ ਜੇ। ਜਾ ਲੈ, ਕਿਵੇਂ ਗੁੰਮ ਸੁੰਮ ਜੀ ਬੈਠ ਗਈ, ਹੁਣ ਦੱਸ ਕੀ ਹੋ ਗਿਆ। ਹੋਣਾ ਕੀ ਹੈ, ਤੈਨੂੰ ਪਤਾ ਹੀ ਹੈ ਤੂੰ ਕਿਹੜਾ ਕੋਈ ਭੁੱਲਿਆਂਗਾ। ਭੁੱਲਣ ਵਾਲੀ ਗੱਲ ਨਹੀਂ ਮਾਂ, ਫਿਰ ਕੁਛ ਦੱਸੇਂਗੀ ਵੀ ਮੂੰਹੋਂ ਵੀ ਹਾਂ ਕੀ ਗੱਲ ਹੈ ਕੀ ਬਾਤ ਹੈ। ਬੇ ਗੱਲਬਾਤ ਕੀ ਹੋਣੀ ਹੈ, ਆ ਤੇਰਾ ਪਿਓ ਹੀ ਸਾਰਾ ਦਿਨ ਤਪਾਈ ਰੱਖਦਾ ਹੈਗਾ, ਮੇਰੀ ਤਾਂ ਜਾਣ ਔਖੀ ਕੀਤੀ ਪਈ ਹੈ ਇਹਨੇ। ਸੱਚ ਦਿਖਿਆ ਨਹੀਂ ਕਿੱਥੇ ਆ ਉਹ? ਦਿਖਣ ਨੂੰ ਕਿੱਥੇ ਆਉਣਾ, ਖੇਤ ਉੱਜੜਿਆ ਹੈਗਾ। ਸੱਚ ਤੈਨੂੰ ਇੱਕ ਗੱਲ ਹੋਰ ਦੱਸਾਂ ਤਾਰੀ, ਖੇਤ ਤੋਂ ਜ਼ਿਆਦਾ ਆ ਤੂੰ ਪੁੱਤ ਉਹਦੇ ਮਗਰ ਖੇਤ ਜਾ। ਕਿਉਂ? ਬੇ ਹੁਣ ਤੈਨੂੰ ਪਤਾ ਤਾਂ ਹੈਗਾ ਆ ਜਦੋਂ ਦੀ ਜਸ਼ਨ ਦੇ ਨਾਲ ਜ਼ਮੀਨ ਲੱਗੀ ਹੈਗੀ, ਉਹ ਜਸ ਉੱਥੇ ਕਿਤੇ ਗੇੜਾ ਮਾਰਨ ਆ ਗਿਆ, ਅਗਲੇ ਨੇ ਤਾਂ ਭਾਈ ਗੇੜਾ ਮਾਰਨ ਆਉਣੀ ਹੈ, ਇਹ ਤੋਂ ਹੁਣ ਝੱਲਿਆ ਨਹੀਂ ਜਾਂਦਾ, ਉਹਨੂੰ ਪੁੱਠਾ ਸਿੱਧਾ ਬੋਲਿਆ, ਉੱਥੇ ਇਹਨਾਂ ਦੀ ਕਹਾ ਸੁਣੀ ਹੋ ਗਈ, ਜਾ ਪੁੱਤ ਕਿਤੇ ਕੰਮ ਜ਼ਿਆਦੇ ਨਾ ਵੱਜ। ਅੱਛਾ ਨਾ, ਪਰ ਜਸ ਉਰੇ ਕੀ ਲੈਣਾ ਹੈ? ਲੈ ਦੱਸ, ਹੁਣ ਅਗਲੇ ਨੇ ਜ਼ਮੀਨ 'ਚ ਤਾਂ ਗੇੜਾ ਮਾਰਨ ਆਉਣਾ ਹੀ ਹੈ,
ਨਾ ਜ਼ਮੀਨ 'ਚ ਗੇੜਾ ਮਾਰਨ ਨੂੰ ਮੈਂ ਆਪਾਂ ਸਾਂਭੀ ਤਾਂ ਜਾਂਦੇ ਤੀ। ਬੇਚਾਰਾ ਅਗਲੇ ਨੂੰ ਵੀ ਐਂ ਹੁੰਦਾ ਵੀ ਹੁਣ ਭਾਈ ਸਾਡੀ ਜ਼ਮੀਨ ਹੋ ਗਈ, ਆਪਣੇ 'ਤੇ ਅਗਲਾ ਕਾਹਨੂੰ ਫਿਰ ਰਹੂਗਾ। ਹੁਣ ਮੈਂ ਉੱਥੇ ਜਾ ਕੇ ਕੀ ਕਰੂੰ ਫਿਰ? ਮੇਰੀ ਗੱਲ ਸੁਣ ਪੁੱਤ, ਕਰਨਾ ਕੁਛ ਨਹੀਂ, ਤੂੰ ਉੱਥੇ ਵਗ ਜਾ। ਇਹ ਨਹੀਂ ਪਤਾ ਜਸ ਉੱਥੇ ਫੇਰ ਆਇਆ ਹੋਵੇ, ਮਾੜਾ ਮੋਟਾ ਤੇਰੇ ਪਿਓ ਨੂੰ ਸਮਝਾ ਦੀ, ਉਹਨੂੰ ਤਾਂ ਤੈਨੂੰ ਪਤਾ ਬੋਲਣ ਦੀ ਤਾਂ ਉਹਨੂੰ ਮੱਤ ਜਮਾ ਹੀ ਨਹੀਂ, ਫਿਰ ਵੀ ਜਮਾਈ ਭਾਈ ਆ ਐਵੇਂ ਵੱਧਦੀ ਗੱਲ ਵੱਧ ਜਾਂਦੀ ਹੁੰਦੀ ਹੈ। ਚੱਲ ਫਿਰ ਮੈਂ ਚਾਹ ਦੀ ਘੁੱਟ ਪੀ ਜਾਂਗਾ, ਇੰਜ ਪਹਿਲਾਂ ਜਾਵਾਂ। ਚੱਲ ਚਾਹ ਤਾਂ ਮੈਂ ਤੈਨੂੰ ਬਣਾ ਦਿੰਦੀ ਹਾਂ, ਬਸ ਵਗ ਜੀ ਮੇਰਾ ਪੁੱਤ। ਚੰਗਾ, ਚਾਹ ਬਣਾ ਦੇ, ਮੈਂ ਜਾ ਬਣਾਉਣੀ ਆ। ਚੱਲਿਆ ਵੀ ਕਿਉਂ ਜਾਊਗਾ, ਇਹਦੇ ਤਾਂ ਅੱਖ ਤਾਂ ਇਹਦੀ ਜ਼ਮੀਨ 'ਤੇ ਤੀ ਪਹਿਲਾਂ, ਉਹੀ ਜੱਸ ਲੈ ਗਿਆ। ਖੇਤ 'ਚ ਫਿਰਦਾ ਕਿਵੇਂ ਜ਼ਰੂਰ ਇਹ, ਹੁਣ ਐਵੇਂ ਜਾ ਕਿਤੇ ਲੜ ਪਏ, ਮਾਰ ਕੇ ਆਊਂ ਗੇੜਾ। ਅੰਦਰ ਇਹ ਲਿਆਈ ਵਾਂ ਬੇਸ਼ੂ। ਮੇਰੀ ਪੁੱਤ ਗੱਲ ਸੁਣ, ਆ ਜਿਹੜੀ ਬਾਹਰਲੀ ਇੱਥੇ ਸਾਡੇ ਮੌਰੀ ਚੜ੍ਹ ਕੇ ਬਿਠਾਈ ਹੋਈ ਆ ਨਾ, ਇਹਨੂੰ ਜਲਦੀ ਤੋਂ ਜਲਦੀ ਲੈ ਕੇ ਚਲੇ ਜਾ। ਮਤਲਬ ਕੀ ਹੈ ਮਾਂ ਤੇਰਾ? ਮੇਰਾ ਘਰ ਹੈ, ਜਿੰਨਾ ਟਾਈਮ ਜੀ ਕਰੂ ਓਨਾ ਟਾਈਮ ਰਹੂ। ਰਹੀ ਗੱਲ ਉਹਨੂੰ ਲਿਜਾਣ ਦੀ, ਜਾਊਂਗਾ, ਆਪਦਾ ਹਿੱਸਾ ਲੈ ਕੇ ਜਾਊਂਗਾ। ਬਥੇਰਾ ਖਵਾਤਾ ਸੁਣੂ ਮਾਂ ਪੁੱਤਾਂ ਨੂੰ। ਬੇ ਕੀ ਕਰੇਗਾ ਹਿੱਸਿਆਂ ਦਾ, ਜੇ ਬਾਹਰਲੇ ਨੂੰ ਡਿੰਪਲ ਬਾਰੇ ਪਤਾ ਲੱਗ ਗਿਆ ਨਾ, ਤੈਨੂੰ ਬਾਹਰ ਜੋਗਾ ਨਹੀਂ ਛੱਡਣਾ। ਮੇਰੀ ਗੱਲ ਮੰਨ, ਚੁੱਪ ਕਰਕੇ ਤਿੱਤਰ ਹੋ ਜਾ ਉਹਨੂੰ ਲੈ ਕੇ। ਉਹ ਕੋਈ ਨਾ ਮਾਂ, ਉਹ ਤਾਂ ਟਾਈਮ ਹੀ ਦੱਸੂਗਾ ਮੈਂ ਕਿਹੜੇ ਪਾਸੇ ਦਾ ਰਹਿਣਾ। ਨਾਲੇ ਜੇ ਤੁਸੀਂ ਆਪਣੀ ਭਲਾਈ ਚਾਹੁੰਦੇ ਹੋ ਨਾ, ਤਾਂ ਜੱਸ ਨੂੰ ਕਹਿ ਕੇ ਮੇਰਾ ਬਣਦਾ ਹਿੱਸਾ ਮੇਰੇ ਨਾਂ ਲਵਾ ਦੇ, ਜਾਂ ਫਿਰ ਜਿੰਨਾ ਤੁਸੀਂ ਖਾਧਾ ਹੈ ਉਨਾ ਮੇਰਾ ਮੁੜ ਦਿਓ। ਨਹੀਂ ਤਾਂ ਨਾ, ਜਸ਼ਨ ਅੱਗੇ ਤੁਹਾਡੀਆਂ ਮਾਂ ਪੁੱਤਾਂ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਖੋਲ੍ਹ ਕੇ ਰੱਖ ਦਿਓ, ਫਿਰ ਝਾਕੀ ਜਾਇਓ ਦੋਨੇ ਜਣੇ ਬਿੜੀ ਵਾਲੇ ਬਲਦ ਜਿਓ, ਜਿਵੇਂ ਖੇਤ 'ਚ ਖੜ ਕੇ ਝਾਕਦਾ ਹੁੰਦਾ। ਠੀਕ ਹੈ, ਇਹ ਗੱਲਾਂ ਧਿਆਨ 'ਚ ਰੱਖੀ ਮਾਂ ਮੇਰੀ। ਇਹ ਨਾ ਬਈ, ਨਾ 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 ਨਾ, ਇਹ ਨਹੀਂ ਕਿਸੇ ਕੰਜਰ ਦੀ ਹੁਣ ਗੱਲ ਮੰਨਦਾ, ਇਹ ਤਾਂ ਗੱਲ ਭੁੰਜੇ ਨਹੀਂ ਪੈਣ ਦਿੰਦਾ। ਰੰਨ ਖਸਮ ਦੀ ਇੱਕੋ ਜਵਾਨ ਹੋਈ ਪਈ ਹੈ ਇਹ, ਮੈਨੂੰ ਲੱਗਦਾ ਡਿੰਪਲ ਦੀਆਂ ਉਂਗਲਾਂ 'ਤੇ ਚੜ੍ਹਿਆ ਫਿਰਦਾ, ਹੁਣ ਡਿੰਪਲ ਦੇ ਇਸ਼ਾਰਿਆਂ 'ਤੇ ਨੱਚਦਾ। ਡਿੰਪਲ ਡਿੰਪਲ ਡਿੰਪਲ, ਪਹਿਲਾਂ ਤਾਂ ਡਿੰਪਲ ਤੋਂ ਉਹ ਛਾਪ ਖਿਲਾਵਾਂ। ਉਹ ਸੋਚਦੀ ਹੋਣੀ ਵੇਖੋ, ਅਰੇ ਸੱਚੀ ਮੈਨੂੰ ਛਾਪ ਦੇ ਦਿੱਤੀ ਪ੍ਰੀਤ ਨੇ ਨਾ, ਜਿਹਦਾ ਪਿੱਤਲ ਪਾਉਣ ਦੀ ਔਕਾਤ ਹੈ ਨਹੀਂ, ਉਹ ਸੋਨਾ ਕਿਵੇਂ ਪਾ ਲਊਂਗੀ। ਹਾਂ, ਡਿੰਪਲ ਤੋਂ ਪਹਿਲਾਂ ਛਾਪ ਲੈ ਕੇ ਆਵਾਂ। ਬੜਾ ਖੁਸ਼ ਹੋਵੇਗੀ ਸੋਨੇ ਦੀ ਅੰਗੂਠੀ ਲੈ ਕੇ, ਜਿਹਦੀ ਪਿੱਤਲ ਪਾਉਣ ਦੀ ਔਕਾਤ ਨਾ ਹੋਵੇ ਨਾ, ਉਹਨੂੰ ਜਦ ਸੋਨਾ ਥਿਆ ਜਾਂਦਾ ਉਹ ਐਂ ਟਪੂਸੀਆਂ ਮਾਰਦਾ ਹੁੰਦਾ, ਜਿੱਦਾਂ ਬਾਂਦਰ ਨੇ ਖਿੱਲਾਂ ਨੂੰ ਦੇਖ ਕੇ ਟਪੂਸੀਆਂ ਮਾਰਦੇ, ਉਹੀ ਤੂੰ ਟਪੂਸੀਆਂ ਮਾਰਦੀ ਫਿਰਦੀ ਹੈ। ਮੈਨੂੰ ਪਤਾ ਆ ਮਾਂ, ਤੁਹਾਡੇ ਤੋਂ ਨਾ ਅਸਲ ਦੇ ਵਿੱਚ ਆ ਅੰਗੂਠੀ ਜਰੀ ਨਹੀਂ ਜਾਂਦੀ, ਸਹੀ ਕਿਹਾ ਨਾ ਮੰਮੀ ਮੈਂ? ਤੈਨੂੰ ਪਤਾ ਹੈ ਕਿ ਤੇਰੇ ਅੰਗੂਠੀ ਪਾਈ ਮੇਤੋਂ ਜਰੀ ਨਹੀਂ ਜਾਂਦੀ, ਫਿਰ ਦਿੰਦੀ ਕਿਉਂ ਨਹੀਂ? ਫੜਾ। ਮਾਂ ਮੇਰੀ ਵੀ ਗੱਲ ਸੁਣ ਲਓ, ਮੈਂ ਹੁਣ ਪਹਿਲਾਂ ਵਾਲੀ ਨਹੀਂ ਰਹੀ,
ਵੀ ਜਿੱਦਾਂ ਤੁਸੀਂ ਪਹਿਲਾਂ ਮੇਰੇ ਤੋਂ ਸਾਰੇ ਗਹਿਣੇ ਲਹਾ ਲਏ ਨਾ, ਵੀ ਤੁਹਾਨੂੰ ਮੈਂ ਅੰਗੂਠੀ ਦੇ ਦੂੰਗੀ, ਭੁੱਲ ਜਾਓ ਤੁਸੀਂ। ਦੇਖ ਲਾ ਡਿੰਪਲ, ਹਜੇ ਵੀ ਮੈਂ ਤੇਰੇ ਨਾਲੋਂ ਤਕਣੀ ਹਾਂ। ਕੀ ਕਰ ਲਓਗੇ, ਖੋਲ ਮਾਰ ਛੱਡਣ ਨੂੰ। ਸੋਨਾ ਪਾਉਣ ਦੀ ਤੇਰੀ ਔਕਾਤ ਹੈ? ਮੈਂ ਤਾਂ ਹੈਰਾਨ ਹਾਂ ਕਸਮ ਨਾਲ ਮਾਂ ਤੇਰੇ ਤੇ। ਮੈਨੂੰ ਖੁੱਲ੍ਹੀ ਕਰਵਾਉਣੀ ਪੈਣੀ ਆ। ਵੀ ਤੂੰ ਹਜੇ ਵੀ ਨਹੀਂ ਰੱਜਦੀ? ਨਹੀਂ, ਦੇਖ ਤਾਂ ਕਿੰਨੀ ਸੋਹਣੀ ਲੱਗਦੀ ਪਾਈ ਮੇਰੇ। ਕੋਈ ਗੱਲ ਨਹੀਂ, ਅੰਗੂਠੀ। ਮੰਮਾ, ਇਹ ਅੰਗੂਠੀ ਤਾਂ ਮੈਂ ਇਹਨੂੰ ਦਿੱਤੀ ਸੀ, ਤੁਹਾਡੀ ਕੋਲ ਕੀ ਕਰਦੀ ਆ? ਦੱਸੋ ਕੀ ਹੋ ਗਿਆ ਡਿੰਪਲ, ਇਹ ਅੰਗੂਠੀ ਤਾਂ ਤੁਹਾਨੂੰ ਦਿੱਤੀ ਸੀ, ਹੁਣ ਮੰਮਾ ਦੇ ਹੱਥ 'ਚ ਕੀ ਕਰਦੀ ਆ? ਕਿਹੜਾ ਇਹ ਕੰਜਰ ਖੇਤਾਂ 'ਚ ਹਾਰਨ ਮਰ ਜਾਂਦਾ? ਮੈਂ ਦੇਖ, ਉਹ ਕੀ ਗੱਲ ਆ ਵੇਖਣ, ਤੂੰ ਇੱਧਰ ਕਿਵੇਂ? ਆ ਮੰਜਾ ਜਾ ਚੱਕੋ ਪਰਾਂ ਨੂੰ ਆਪਦਾ ਮਾੜਾ ਜਾ। ਉਹ ਤੂੰ ਆਪਦੀ ਗਡੀਰੀ ਜੀ ਨੂੰ ਇੱਥੇ ਖੜਾ ਲੈ, ਇਹ ਨਹੀਂ ਚੱਕਿਆ ਜਾਂਦਾ। ਉਹ ਤਾਇਆ ਜੀ, ਵਾਹਨ ਇਹ ਮੇਰਾ ਅਤੇ ਜਗ੍ਹਾ ਵੀ ਮੇਰੀ ਆ, ਤਾਂ ਭਲਾ ਇਸੇ 'ਚ ਹੀ ਆ ਤੁਹਾਡਾ। ਚੁੱਪ ਕਰਕੇ ਆਪਦਾ ਮੰਜਾ ਜਾ ਨਾ ਪਰੇ ਕਰ ਲਓ, ਮੈਂ ਗੱਡੀ ਅੱਗੇ ਲਾਉਣੀ ਆ ਉਹਦੀ। ਗੱਲ ਸੁਣ ਲਓ ਮੇਰੀ ਇੱਕ, ਆ ਜਿਹੜਾ ਤੂੰ ਰੱਟ ਲਾਈ ਆ ਨਾ, ਵਾਹਣ ਇਹ ਮੇਰਾ ਵਾਹਣ ਇਹ ਮੇਰਾ, ਹਜੇ ਮੈਂ ਇੱਥੇ ਬੈਠਾ ਉਨਾ ਚੱਕਰ ਕਿਸੇ ਨੂੰ ਲੱਤ ਨਹੀਂ ਧਰ ਦਿੰਦਾ। ਕੱਲ੍ਹ ਵਾਲੀ ਭੁੱਲ ਗਿਆ ਜਿਹੜੀ ਮੈਂ ਤੇਰੀ ਇੱਜ਼ਤ ਕੀਤੀ ਸੀ, ਜਿਹੜੀ ਤੁਹਾਨੂੰ ਫਿਰ ਮੂੰਹ ਚੱਕ ਕੇ ਆ ਗਿਆ? ਉਹ ਤਾਇਆ ਜੀ, ਮੈਂ ਕਦੋਂ ਕਿਹਾ ਮੈਂ ਇੱਥੇ ਇੱਜ਼ਤ ਕਰਾਉਣਾ ਆ? ਇੱਜ਼ਤ ਤਾਂ ਮੈਂ ਤੁਹਾਡੀ ਕਰਨਾ ਆ ਅੱਜ ਇੱਥੇ, ਅਤੇ ਉਹ ਵੀ ਸਮਾਰ ਕੇ ਕਰੂੰਗਾ ਜਿੰਨੀ ਕਹੋਗੇ। ਓਏ, ਉਹ ਤੂੰ ਰਹਿਣ ਦੇ ਰਹਿਣ ਦੇ, ਤੂੰ ਰਹਿਣ ਦੇ, ਤੂੰ ਕਿਉਂ ਐਵੇਂ ਕੋਲੂ 'ਚ ਬਾਂਹ ਦਿੰਦਾ ਆਪਦੀ? ਓਏ, ਪੁਰਾਣੀਆਂ ਕਹਾਵਤਾਂ ਨਾ ਆਪਦੇ ਕੋਲ ਹੀ ਰੱਖੋ, ਇਹ ਨਹੀਂ ਚੱਲਣ ਵਾਲੀਆਂ ਹੁਣ। ਬਾਲੀ ਪਕਾਈ ਨਾ ਮਾਰੋ, ਆ ਚੁੱਪ ਕਰਕੇ ਆਪਦੀ ਮੰਜੀ ਜੀ ਪਰੇ ਕਰੋ, ਮੈਂ ਗੱਡੀ ਕਹਾਂ ਲਾਉਣੀ ਆ ਆਪਦੀ, ਠੀਕ ਹੈ? ਇਹ ਤਾਂ ਨਹੀਂ ਫਿਰ ਚੱਕੀ ਜਾਂਦੀ, ਤੂੰ ਕਰ ਲੈ ਜਿਹੜਾ ਤੈਥੋਂ ਕੁਛ ਹੁੰਦਾ। ਉਹ ਤਾਂ ਕਾਹਨੂੰ ਬੁੱਢੀ ਉਮਰੇ ਹੱਡ ਤੜਾਉਣੇ ਆ, ਇਹੋ ਜਿਹੇ ਵੇਲੇ ਨਾ ਟਕੋਰ ਵੀ ਨਹੀਂ ਹੁੰਦੀ ਹੱਡਾਂ 'ਤੇ, ਅੜਕ ਬਹੁਤ ਪੈਂਦੀ ਹੈਗੀ। ਅਤੇ ਇੱਕ ਗੱਲ ਹੋਰ ਹੈ, ਆ ਜਿਹੜੀ ਤੂੰ ਗਡੀਰੀ ਜੀ ਲਈ ਫਿਰਦਾ ਨਾ, ਕਿਤੇ ਇਹ ਨਾ ਮੈਥੋਂ ਪਣਵਾ ਲਈ, ਮੇਰਾ ਮੰਜਾ ਤਾਂ ਦੇਖ ਹੀ ਜਾਊ। ਉਹ ਗੱਡੀ ਭੰਨਣੀ ਤਾਂ ਤਾਇਆ ਜੀ ਦੂਰ ਦੀ ਗੱਲ, ਤੁਸੀਂ ਅੱਜ ਨਾ ਗੱਡੀ ਨੂੰ ਹੱਥ ਹੀ ਲਾ ਕੇ ਦਿਖਾ ਦਿਓ, ਤੁਹਾਨੂੰ ਫਿਰ ਪਤਾ ਲੱਗ ਜੂ ਤੁਹਾਡਾ ਵਾਹ ਕਿਹਦੇ ਨਾਲ ਪਿਆ। ਅਤੇ ਭਲੀ ਭਾਂਤ ਨਾਲ ਮੰਜਾ ਪਰੇ ਕਰਨਾ ਕਰ ਲਓ, ਨਹੀਂ ਮੈਨੂੰ ਕਰਾਉਣਾ ਵੀ ਆਉਂਦਾ ਫਿਰ ਮੰਜਾ, ਇੱਕ ਮਿੰਟ ਨਹੀਂ ਲੱਗਣਾ ਤੁਹਾਡਾ ਮੰਜਾ ਪਰੇ ਹੋ ਜੂਗਾ। ਅੱਛਾ, ਇਹ ਗੱਲ ਹੈ, ਲੈ ਜੇ ਤੂੰ ਪਿਓ ਦਾ ਪੁੱਤ ਨਾ, ਲਾ ਹੱਥ ਪਰੇ ਨੂੰ। ਉਹ ਤਾਇਆ ਜੀ, ਕਾਹਨੂੰ ਮੈਨੂੰ ਆਪੇ ਤੋਂ ਬਾਹਰ ਕਰ ਦਿਓ, ਐਵੇਂ ਇੱਥੇ ਵਾਧਾ ਵਾਜੂ, ਭਲੀ ਭਾਂਤ ਨਾਲ ਆਪ ਜਾਂ ਮੰਜੀ ਜੀ ਪਰੇ ਕਰ ਲਓ, ਮੈਂ ਹਾਲੇ ਵੀ ਕਹਿਣਾ। ਇਹ ਮੰਜੀ ਜੀ ਤਾਂ ਨਹੀਂ ਪਰਾਂ ਹੁੰਦੀ, ਤੂੰ ਵਾਧਾ ਹੀ ਵਧਾ ਜਿਹੜਾ ਵਧਾਉਣਾ। ਮੰਨਣਾ ਨਹੀਂ ਫਿਰਾਂ, ਤੂੰ ਕਰ ਕੀ ਕਰਦਾ ਹੈ? ਓਏ ਓਏ, ਹਲੋ, ਮੰਜੀ ਨੂੰ ਹੱਥ ਕਿਵੇਂ ਲਾਇਆ ਤੂੰ? ਕਿਵੇਂ ਲਾਇਆ ਉਹ ਹੱਥ ਕਿਵੇਂ ਲਾਇਆ ਮੰਜੀ ਨੂੰ? ਮੰਜੀ ਨੂੰ ਮੈਂ
ਗੱਡੀ ਤਾਂ ਜੱਸ ਵਾਲੀ ਹੈ ਲੱਗਦੀ ਹੈ। ਮਾਂ ਸਹੀ ਹੈ ਕਹਿੰਦੀ ਸੀ ਵੀ ਜੱਸ ਦਾ ਇਹ ਨਹੀਂ ਪਤਾ ਉੱਥੇ ਆ ਰਿਹਾ ਹੋਵੇ, ਪਰ ਦੀਂਦਾ ਕਾਹਤੋਂ ਨਹੀਂ ਕੋਈ ਹੈ। ਉਹ ਤਾਂ ਲੜਨ ਲੱਗ ਰਹੇ ਨੇ। ਬਾਪੂ ਜੱਸੇ